ਜਦੋਂ ਵੇਲੇ ਕਲਗੀਧਰ ਪਾਤਸ਼ਾਹ ਦਾ ਅਵਤਾਰ ਪਟਨੇ ਦੀ ਧਰਤੀ ਤੇ ਹੋਇਆ ਪੰਜਾਬ ਦੇ ਠੱਸਕੇ ਪਿੰਡ ਦੇ ਰਹਿਣ ਵਾਲਾ ਪੀਰ ਪੀਖਣ ਸ਼ਾਹ ਨੇ ਸਜਦਾ ਚੜ੍ਹਦੇ ਨੂੰ ਕਰ ਦਿੱਤਾ ਇਸਲਾਮ ਵਿਸ਼ਵਾਸਾ ਮੁਤਾਬਕ ਸਜਦਾ ਮੱਕੇ شریف ਵੱਲ ਲੈਂਦੇ ਵੱਲ ਕੀਤਾ ਜਾ ਸਕਦਾ ਹੈ ਮুরিਦਾਂ ਨੇ ਇਤਰਾਜ਼ ਕੀਤਾ ਤੇ ਦਰਵੇਸ਼ ਫਕਰ ਨੇ ਕਹਿ ਦਿੱਤਾ ਭਲਿਓ ਅੱਜ ਅੱਲਾ ਦਾ ਨੂਰ ਚੜ੍ਹਦੇ ਵਿੱਚ ਪ੍ਰਗਟ ਹੋਇਆ ਇਤਿਹਾਸ ਕਹਿੰਦਾ ਪੀਰ ਮੰਜਲਾ ਮਾਰਦਾ ਪਟਨੇ ਸਾਹਿਬ ਪਹੁੰਚਿਆ ਉਸ ਇਲਾਹੀ ਨੂਰ ਦੇ ਦਰਸ਼ਨਾਂ ਦੀ ਬੇਨਤੀ ਪਰਿਵਾਰ ਵਾਲਿਆਂ ਨੂੰ ਕੀਤੀ ਜਦੋਂ ਦਰਸ਼ਨ ਦੇ ਵਾਸਤੇ ਸੰਗਤਾਂ ਤੇ ਪੀਰ ਭੀਖਣ ਸਾਹਿਬ ਜੀ ਗੁਰੂ ਘਰ ਦੇ ਵਿੱਚ ਆਏ ਪੀਰ ਜੀ ਦੇ ਮਨ ਦੇ ਵਿੱਚ ਸੰਕਲਪ ਉੱਠਿਆ ਇੱਕ ਸ਼ੰਕਾ ਉੱਠਿਆ ਕਿ ਅੱਜ ਤੱਕ ਆਉਣ ਵਾਲੇ ਦੁਨੀਆਂ ਦੇ ਸਾਰੇ ਪੈਗੰਬਰ ਕਿਸੇ ਨਾ ਕਿਸੇ ਪੱਖਪਾਤ ਦਾ ਸ਼ਿਕਾਰ ਰਹੇ ਨੇ ਆਇਆ ਇਹ ਵੀ ਕਿਤੇ ਪੱਖਪਾਤ ਦਾ ਸ਼ਿਕਾਰ ਤਾਂ ਨਹੀਂ ਰਹੇਗਾ ਤੇ ਉਹਨੇ ਦੋ ਕੁੱਜੀਆਂ ਦੁੱਧ ਦੀਆਂ ਭਰੀਆਂ ਹੱਥਾਂ ਵਿੱਚ ਲਈਆਂ ਸੰਕਲਪ ਲੈ ਕੇ ਸਜਦਾ ਕਰਨ ਲੱਗੇ ਇਸ ਇਲਾਹੀ ਨੂਰ ਅੱਗੇ ਕਰ ਦਿੱਤੀਆਂ ਇਲਾਹੀ ਨੂਰ ਨੇ ਹੱਸਦਿਆਂ ਹੱਸਦਿਆਂ ਅਸ਼ੋਪਲੇ ਦੋਵੇਂ ਹੱਥ ਕੱਢੇ ਤੇ ਦੋਹਾਂ ਕੁਝੀਆਂ ਦੇ ਉੱਤੇ ਰੱਖ ਦਿੱਤੇ ਸਮਝ ਗਿਆ ਦਰਵੇਸ਼ ਰਾਮ ਜੀ ਇਸ ਇਲਾਹੀ ਕਾਰੇ ਦੀ ਖੁਸ਼ੀ ਵਿੱਚ ਨੱਚ ਉੱਠਿਆ ਕੀ ਕਹਿ ਰਿਹਾ ਪੀਖਣਛਾ ਆਓ ਟਾੜੀਆਂ ਤੋਂ ਸਰਵਣ ਕਰੀਏ